ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਅੱਜ ਗੱਲਾਂ ਕਰਨੀਆਂ ਨੇ ਕੱਲੇ ਕੱਲੇ ਪੰਜਾਬ ਦੇ ਕਿਸਾਨ ਨੂੰ ਤੇ ਕੱਲੇ ਕੱਲੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸੁਣਨੀਆਂ ਬਹੁਤ ਹੀ ਜ਼ਰੂਰੀ ਨੇਗੀਆਂ। ਕੱਲੇ ਕੱਲੇ ਪੰਜਾਬੀ ਤੇ ਕਰੇ ਗੱਲ ਪਹੁੰਚਾਉਣੀ ਬਹੁਤ ਜ਼ਰੂਰੀ ਹੈ। ਸਾਡੇ ਮਾਣਯੋਗ ਸੀਐਮ ਸਾਹਿਬ ਦਾ ਬਿਆਨ ਆਇਆ, ਮੁੱਖ ਮੰਤਰੀ ਸਾਹਿਬ ਦਾ ਜਿਹੜਾ ਕਿ ਤੁਸੀਂ ਬਣਾਇਆ ਹੋਇਆ, ਉਹਦਾ ਬਿਆਨ ਕੀ ਆਇਆ ਕਿ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਦਾ ਕਾਰੋਬਾਰ ਹੈ ਕੇਂਦਰ ਸਰਕਾਰ ਤੋਂ ਮੰਗ ਕਰੀ ਗਿਆ ਮੈਨੂੰ ਲੋਕਡਾਊਨ ਦੇ ਵਿੱਚ ਜਿਹੜਾ ਖੋਲਿਆ ਜਾਵੇ ਕਿ ਮੈਨੂੰ 6200 ਕਰੋੜ ਰੁਪਏ ਦਾ 6200 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਪਰ ਮੰਥ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਕਹਿੰਦਾ ਫਲ ਤੇ ਸਬਜ਼ੀਆਂ ਦੇ ਬਿਨਾਂ ਸਰਜੂ, ਫਲਾਂ ਤੇ ਸਬਜ਼ੀਆਂ ਦੇ ਬਿਨਾਂ ਸਰਜੂ ਪਰ ਸ਼ਰਾਬ ਦੇ ਬਿਨਾਂ ਪੰਜਾਬ ਨੇ ਮਰ ਜਾਣਾ। ਸ਼ਰਾਬ ਬਹੁਤ ਜ਼ਰੂਰੀ ਆ ਪੰਜਾਬ ਦੇ ਲਈ। ਤੁਹਾਨੂੰ ਮੈਂ ਤੁਸੀਂ ਪਹਿਲਾਂ ਬਿਆਨ ਦੇਖੋ ਵੀ ਕਿਵੇਂ ਆਇਆ। ਤੋ ਸੀਐਮ ਸਾਹਿਬ ਜਿਹੜੀ ਸ਼ਰਾਬ ਦੀ ਵਿਕਰੀ ਦੀ ਮਨਜ਼ੂਰੀ ਮੰਗੀ ਹੈ, ਕੀ ਕੋਈ ਹਾਂ ਪੱਖੀ ਹੁੰਗਾਰਾ ਆਇਆ ਕੇਂਦਰ ਦਾ? ਬਿਲਕੁਲ ਨਹੀਂ, ਉਹਨਾਂ ਜਵਾਬ ਦਿੱਤਾ, ਅੱਜ ਜਵਾਬ ਆ ਗਿਆ ਕਿ ਨੋ ਲਿਕਰ ਸੇਲਸ। ਨੋ ਲਿਕਰ ਸੇਲਸ ਮੀਨਸ ਮੇਰੇ ਵਾਸਤੇ ਲੋਸ 6200 ਕਰੋੜ ਦਾ ਹੈ, ਮੈਂ ਕਿੱਥੋਂ ਪੂਰਾ ਕਰਾਂਗਾ? ਮੈਨੂੰ ਦੇਣਗੇ ਦਿੱਲੀ ਵਾਲੇ? ਉਹਦਾ 1 ਰੁਪਈਆ ਨਹੀਂ ਦਿੰਦੇ ਉੱਥੇ, ਤੇ ਮੈਂ 6000। ਤੁਸੀਂ ਸੁਣ ਲਿਆ ਹੈ ਬਿਆਨ, ਸੁਣ ਲਿਆ ਕੀ ਇਹਦੇ ਵਿੱਚ ਆਖਿਆ? ਸਾਰੇ ਸਟੇਟਾਂ ਦਾ ਮੇਜਰ ਰੈਵਨਿਊ ਸੋਰਸ ਹੈ। ਹੁਣ ਸਬਜ਼ੀਆਂ ਤੇ ਤਾਂ ਤੁਸੀਂ ਅਲਾਓ ਕਰਤਾ ਸਬਜ਼ੀਆਂ ਖਰੀਦਣੀਆਂ ਜਾਂ ਫਲ ਖਰੀਦਣਾ, ਲੇਕਿਨ ਜਿਹੜੀਆਂ ਬੋਤਲਾਂ ਨੇ ਜਿਹੜੀਆਂ ਸੀਲਡ ਨੇ ਉਹ ਪੈਂਦਾ, ਉਹ ਤੁਸੀਂ ਅਲਾਓ ਨਹੀਂ ਕਰ ਰਹੇ, ਕਿਆ ਲੌਜਿਕ ਇਸ ਚੀਜ਼ਾਂ ਨੂੰ ਸਮਝਾਓ ਮੈਨੂੰ। ਕਹਿੰਦਾ ਫਲਾਂ ਤੇ ਸਬਜ਼ੀਆਂ ਬਣਾ ਤਾਂ ਸਰ ਸਕਦਾ ਪਰ ਸ਼ਰਾਬ ਬਿਨਾਂ ਨਹੀਂ ਸਰ ਸਕਦਾ। ਉਹ ਜਿਹੜੇ ਸਾਡੇ ਵਰਗੇ ਵੈਸ਼ਨੂ ਨੇ ਜਿਹਨਾਂ ਨੇ ਅੱਜ ਤੱਕ ਕਿਤੇ ਸ਼ਰਾਬ ਦਾ ਟੇਸਟ ਹੀ ਨਹੀਂ ਪਤਾ, ਉਹ ਭਰਾਵਾ ਸੀਐਮ ਸਾਹਿਬ ਇੱਕ ਧਿਆਨ ਦਿਓ ਪੰਜਾਬ ਦੇ ਵਿੱਚ। ਅੱਜ ਪੰਜਾਬ ਦੇ ਵਿੱਚ ਹਰ ਇੱਕ ਪੰਜਾਬ ਦੇ ਵਿੱਚ 5 ਤੋਂ 6 ਮੌਤਾਂ ਸ਼ਰਾਬ ਪੀਣ ਕਰਕੇ ਹੋ ਰਹੇ ਨੇ, ਅਲਕੋਹਲ ਕਰਕੇ ਹੋ ਰਹੀਆਂ ਨੇਗੀਆਂ। ਘਰਾਂ ਦੇ ਘਰ ਉੱਜੜ ਗਏ ਸ਼ਰਾਬ ਕਰਕੇ, ਆਪਦੇ ਘਰ ਵਾਲਿਆਂ ਨਾਲ ਲੜਾਈਆਂ ਬੰਦਿਆਂ ਦੀਆਂ ਪੈਂਦੀਆਂ ਰਹੀਆਂ। ਅੱਜ ਕੱਲ੍ਹ ਤਾਂ ਪੰਜਾਬ ਦੀਆਂ ਕੁੜੀਆਂ ਵੀ ਸ਼ਰਾਬ ਪੀਣ ਲੱਗ ਗਈਆਂ, ਸਭ ਤੋਂ ਵੱਡੀ ਅਫਸੋਸ ਦੀ ਗੱਲ ਤਾਂ ਇਹ ਹੈ। ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਸੀਐਮ ਸਾਹਿਬ, ਤੁਹਾਡਾ ਦਿਮਾਗ ਕਿੱਧਰ ਨੂੰ ਗਿਆ? ਜੇ ਤੁਸੀਂ ਬਿਜ਼ਨਸ ਹੀ ਕਰ ਰਹੇ, ਜੇ ਤੁਹਾਨੂੰ 6200 ਕਰੋੜ ਰੁਪਏ ਦਾ ਲੋਸ ਹੀ ਹੁੰਦਾ ਤਾਂ ਤੁਸੀਂ ਬਿਜ਼ਨਸ ਸਾਡੇ ਸਿਰ ਤੋਂ ਕਿਉਂ ਨਹੀਂ ਕਰਦੇ? ਕਿਸਾਨਾਂ ਦੇ ਸਿਰ ਤੋਂ 5-6 ਲੱਖ ਰੁਪਏ ਦੀ ਜਿਹੜੀ ਖਾਸ ਕਰ ਦੀ ਖੇਤੀ ਦੀ ਗੱਲਬਾਤ ਅਸੀਂ ਕਰਦੇ ਹਾਂ, ਕਿਸਾਨ ਅੱਜ 5-6 ਲੱਖ ਰੁਪਏ ਆਮਦਨ ਕਿਸਾਨ ਨੂੰ ਹੁੰਦੀ ਹੈ, ਜੇਕਰ ਪੰਜਾਬ ਦੇ ਵਿੱਚ ਤੁਸੀਂ ਖਾਸ ਕਰ ਦੀ ਖੇਤੀ ਕਰੋ। ਬਾਹਰਲੇ ਪੰਜਾਬ ਇੰਡੀਆ ਦੇ ਸਟੇਟਾਂ ਛੱਡੋ, ਥੋੜੀ ਬਾਹਰਲੇ ਕੰਟਰੀ ਖਾਸ ਖਾਸ ਮੰਗਣ ਨੂੰ ਤਿਆਰ ਨੇ, ਜੇਕਰ ਪੰਜਾਬ ਦੇ ਵਿੱਚ ਖਾਸ ਕਰ ਦੀ ਖੇਤੀ ਓਪਨ ਕਰਦੇ ਹੋ, ਕਿਉਂ ਨਹੀਂ ਕਰ ਰਹੇ? ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਹੜੀ ਤੁਹਾਡੀ 6200 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ, ਇਹ ਤੁਹਾਡੇ ਰਜਵਾੜੇ, ਇਹ ਤੁਹਾਡੇ ਲੀਡਰਾਂ ਦੀਆਂ ਫੈਕਟਰੀਆਂ ਨੇ ਸ਼ਰਾਬ ਦੀਆਂ, ਤੁਹਾਡੀਆਂ ਆਪਣੀਆਂ ਫੈਕਟਰੀਆਂ ਨੇ ਸ਼ਰਾਬ ਦੀਆਂ। ਤਾਂ ਕਰਕੇ ਜਿਹੜਾ ਸਾਡੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਪੈਦਾ ਹੋਣ ਵਾਲੀ ਆਰਗੈਨਿਕ ਚੀਜ਼ ਖਸਖਸ ਦੀ ਖੇਤੀ ਤੁਸੀਂ ਬੈਨ ਲਾਇਆ ਹੋਇਆ, ਮੈਂ ਇਹ ਬਾਰ ਬਾਰ ਬੇਨਤੀ ਕਰਦਾ ਪੰਜਾਬ ਦੇ ਵਿੱਚੋਂ ਖਸਖਸ ਦਾ ਕਿਉਂ ਨਹੀਂ ਬੈਨ ਹਟ ਰਿਹਾ? ਤਾਂ ਕਰਕੇ ਨਹੀਂ ਬੈਨ ਹਟ ਰਿਹਾ, ਇਹਦੇ ਤੋਂ ਕਿੰਨੀ ਜ਼ਿਆਦਾ ਆਮਦਨ ਵੱਧ ਸਕਦੀ ਹੈ, ਪੰਜਾਬ ਕਿਤੇ ਅਮੀਰ ਹੋ ਸਕਦਾ ਖਸਖਸ ਦੀ ਖੇਤੀ ਤੋਂ। ਮੈਂ ਜਿੰਨੇ ਵੀ ਬੁਲਾਰੇ ਇਹ ਮੁੱਦੇ ਤੇ ਬੋਲਦੇ ਹੁੰਦੇ ਖਸਖਸ ਦੇ ਮੁੱਦੇ ਤੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਸਾਰੇ ਜਣੇ ਇੱਕ ਗੱਲ ਬੋਲਿਆ ਕਰੋ, ਉਹਨੂੰ ਨਸ਼ਾ ਨਾ ਸਮਝੋ ਖਸਖਸ ਨੂੰ, ਇਹ ਨਸ਼ਾ ਨਹੀਂ ਹੈਗੀ, ਇਹਨੂੰ ਖੇਤੀ ਕਿਹਾ ਕਰੋ। ਜਿੰਨੇ ਵੀ ਬੁਲਾਰੇ ਖਸਖਸ ਦੇ ਮੁੱਦੇ ਤੇ ਬੋਲਦੇ ਨੇ ਮੈਨੂੰ ਬਹੁਤ ਵਧੀਆ ਲੱਗਦੀ ਗੱਲ ਲੱਗਦੀ ਹੈ, ਪਰ ਤੁਸੀਂ ਇਹਨੂੰ ਨਸ਼ਾ ਨਹੀਂ ਕਹਿਣਾ, ਇਹਨੂੰ ਖੇਤੀ ਕਹਿਣੀ ਹੈ। ਪੰਜਾਬ ਦੀ ਖੇਤੀ ਜਿਹੜੀ ਜਵਾਨੀ ਵੀ ਬਚਾ ਸਕਦੀ ਹੈ ਤੇ ਕਿਸਾਨੀ ਵੀ ਬਚਾ ਸਕਦੀ ਹੈ, ਅਜਿਹੀ ਖੇਤੀ ਦੀ ਅਸੀਂ ਮੰਗ ਕਰਦੇ ਹਾਂ। ਤੁਸੀਂ ਕਿਉਂ ਸ਼ਰਾਬ ਕਰੀ ਜਾਂਦੇ ਹੋ? ਸ਼ਰਾਬ ਦੀਆਂ ਫੈਕਟਰੀਆਂ ਬੰਦ ਕਰੋ ਪੰਜਾਬ ਦੇ ਵਿੱਚ, ਜੇ ਖੋਲ੍ਹਣਾ ਭੁੱਕੀ ਪਿੰਦੇ ਠੇਕੇ ਖੋਲ੍ਹੋ ਜਿੱਥੇ ਅੱਜ ਤੁਹਾਡੇ ਸ਼ਰਾਬ ਦੇ ਠੇਕੇ ਨੂੰ ਉਹਨਾਂ ਨੂੰ ਬੰਦ ਕਰਕੇ ਪੰਜਾਬ ਦੇ ਵਿੱਚ ਆਰਗੈਨਿਕ ਚੀਜ਼ ਦੇ ਠੇਕੇ ਖੋਲ੍ਹੋ। ਕਿਉਂ ਤੁਸੀਂ ਪੰਜਾਬ ਨੂੰ ਮਾਰਦੇ ਹੋਏ ਪਏ ਹੋ? ਸ਼ਰਾਬ ਦੀ ਜੇਕਰ ਕਰੋੜਾਂ ਰੁਪਏ ਦੀ ਆਮਦਨ ਹੈਗੀ ਹੈ ਤਾਂ ਖਸਖਸ ਦੀ ਅਰਬਾਂ ਰੁਪਈਆ ਆਮਦਨ ਹੋਊ, ਜੇ ਤੁਹਾਨੂੰ 6200 ਕਰੋੜ ਰੁਪਏ ਦੀ ਸ਼ਰਾਬ ਤੋਂ ਆਮਦਨ ਹੋ ਰਹੀ ਹੈ ਤਾਂ ਖਸਖਸ ਤੋਂ ਤੁਹਾਨੂੰ 62 ਅਰਬ ਦੀ ਆਮਦਨ ਹੋ ਸਕਦੀ ਹੈ, ਕਿਉਂਕਿ ਇੰਨਾ ਕੁ ਜ਼ਿਆਦਾ ਪੰਜਾਬ ਦੇ ਵਿੱਚ 5 ਲੱਖ ਰੁਪਏ ਦੀ ਲਾ ਲਓ, 1 ਕਿੱਲੇ ਦੇ ਵਿੱਚੋਂ 5 ਲੱਖ ਰੁਪਏ ਦੀ ਨਿਕਲੂਗੀ। ਅੱਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਮੰਗ ਦੇਖ ਲਓ ਕਿਹੋ ਜਿਹੀ ਕਰੀ ਆ, ਉਹ ਤੁਸੀਂ ਸਾਡੇ ਕਿਸਾਨੀ ਲਈ ਕੁਝ ਮੰਗ ਲਓ, ਸਾਡੀ 5000 ਰੁਪਇਆ ਪ੍ਰਤੀ ਰੇਟ ਪ੍ਰਤੀ ਕੁਇੰਟਲ ਰੇਟ ਕਣਕ ਦਾ ਰੇਟ ਮੰਗ ਲਓ। ਅੱਜ ਕੀ ਰੇਟ ਹੈ ਕਣਕ ਦਾ? ਕੁਛ ਵੀ ਕਣਕ ਦਾ ਰੇਟ ਨਹੀਂ ਹੈਗਾ। ਕੋਈ ਖੇਤੀ ਦੇ ਪ੍ਰਤੀ ਚੱਜ ਦੀਆਂ ਚੀਜ਼ਾਂ ਮੰਗ ਲਓ, ਕੋਈ ਸਿਹਤ ਸਹੂਲਤਾਂ ਲਈ ਹਸਪਤਾਲ ਮੰਗ ਲਓ, ਬੜੀ ਸ਼ਰਮ ਦੀ ਗੱਲ ਹੈ, ਬੜਾ ਹੀ ਸਾਡਾ ਅੱਜ ਤਾਂ ਬੇੜਾ ਗਰਕ ਹੋ ਗਿਆ। ਪੰਜਾਬ ਦਾ ਦੂਜਾ ਰਹਿਣਾ ਖੁਦਾ ਸਾਡਾ ਯੂਥ ਨੂੰ ਪੁੱਠੇ ਪਾਸੇ ਲਾਦਾ ਚੱਕ ਕੇ, ਅੱਜ ਪੰਜਾਬ ਦਾ ਯੂਥ ਵੀ ਪੰਜਾਬ ਦਾ ਤਬਾਹ ਹੋਈ ਜਾਂਦਾ, ਆਪਦੇ ਹੱਕਾਂ ਦੇ ਲਈ ਲੜਨੋਂ ਭੁੱਲ ਗਿਆ, ਆਪਦੇ ਹੱਕਾਂ ਦੇ ਲਈ ਬੋਲਣੋਂ ਭੁੱਲ ਗਿਆ। ਸਾਡਾ ਪੰਜਾਬ ਦਾ ਯੂਥ 24 ਘੰਟੇ ਇੰਟਰਨੈਟ ਤੇ ਬੈਠਾ ਰਹਿੰਦਾ, ਅੱਜ ਕੱਲ੍ਹ ਨੂੰ ਟਿਕਟੋਕ ਹੀ ਦੇਤੀ, ਆਪਦੇ ਹੱਕਾਂ ਦੇ ਲਈ ਤਾਂ ਬੋਲਣਾ ਹੀ ਨਹੀਂ ਆਉਂਦਾ। ਉਹ ਤੁਸੀਂ ਆਪਦੇ ਜਿਹੜਾ ਸੋਸ਼ਲ ਡਿਜੀਟਲ ਅੱਜ ਬਹੁਤ ਤਕੜੀ ਪਾਵਰ ਹੈ, ਇਕੱਲਾ ਆਪਦੇ ਬੰਦਾ ਹੱਕਾਂ ਦੇ ਲਈ ਬੋਲੋ। ਅੱਜ ਜੇ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਪੰਜਾਬ ਦੇ ਵਿੱਚ ਜਿਹੜੀ 90% ਕਿਸਾਨਾਂ ਦੀ ਵੋਟ ਆ, 90%, ਮੈਂ ਬਹੁਤ ਵਾਰੀ ਗੱਲ ਬੋਲੀ ਆ ਵੀ ਜਿਹੜੀ ਵੀ ਸਰਕਾਰ ਬਣਦੀ ਹੈ ਕਿਸਾਨਾਂ ਦੇ ਸਿਰ ਤੋਂ ਹੀ ਬਣਦੀ ਹੈ। ਜਿਹੜੀ ਆਪਣੀ ਖਸਖਸ ਦੀ ਖੇਤੀ ਆ ਨਾ, ਖੇਤੀ
2020 ਮੁੱਖ ਮੰਗ ਇਹ ਹੋਊਗੀ ਅਸੀਂ ਉਹ ਬੰਦੇ ਨੂੰ ਮੁੱਖ ਮੰਤਰੀ ਬਣਾਵਾਂਗੇ ਜਿਹੜਾ ਬੰਦਾ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਲੀਗਲ ਕਰੂਗਾ। ਇਹਦੇ ਲਈ ਅਸੀਂ ਬਹੁਤ ਵੱਡੀ ਤੁਹਾਡਾ ਭਰਾ ਤੁਹਾਡੇ ਲਈ ਲੜਾਈ ਲੜਨ ਵੀ ਜਾ ਰਿਹਾ ਹੁਣ ਜਦੋਂ ਵੀ ਇਹ ਖੁੱਲਦਾ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਕਰਾਉਣੀ ਆ। ਕਾਰਨ ਕੀ ਆ ਹੁਣ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਮੇਰੇ ਢਿੱਡ ਦੇ ਵਿੱਚ ਨੇਗੀਆਂ ਜੇ ਮੈਂ ਇਹ ਗੱਲਾਂ ਬੋਲਦਾ ਤਾਂ ਮੈਂ ਗੱਲਾਂ ਸਿੱਧਾ ਸਿੱਧਾ ਫਾਸਦਾ। ਇਹ ਕੀ ਆ ਕਾਰਨ ਸਾਡੇ ਆਪਣੇ ਨਹੀਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣ ਦੇ ਰਹੇ। ਇਹਦਾ ਸਭ ਤੋਂ ਵੱਡਾ ਸੋਲੂਸ਼ਨ ਕੀ ਆ ਮੈਂ ਹੱਲ ਦੱਸ ਦਿੰਦਾ। ਜਿੰਨਾ ਤੁਸੀਂ ਐਮਪੀਆਂ ਨੂੰ ਵੋਟਾਂ ਪਾਈਆਂ ਨੇਗੀਆਂ 13 ਦੇ 13 ਐਮਪੀ ਚੁਣੇ ਨੇ, ਜੇ 13 ਦੇ 13 ਐਮਪੀਆਂ ਤੋਂ ਆਪਾਂ ਮੰਗ ਕਰਨੀ ਆ ਹੁਣ ਮੰਗ ਕਿਵੇਂ ਕਰਨੀ ਆ ਉਹ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੱਸਿਆ ਜਾਊਗਾ ਵੀ ਆਪਾਂ ਟਰਾਲੀਆਂ ਭਰ ਕੇ ਜਾਂ ਸੀਐਮ ਇਹਨਾਂ ਦੇ ਐਮਪੀਆਂ ਦੇ ਘਰਾਂ ਦੇ ਵਿੱਚ ਜਾਣਾ ਜਾਂ ਕਿਵੇਂ ਕਿਸ ਤਰੀਕੇ ਨਾਲ ਮੰਗ ਕਰਨੀ ਹੈ। ਆਪਾਂ ਉਹ ਇਕੱਲਾ ਇਕੱਲਾ ਜਿਹੜਾ ਐਮਪੀ ਸਾਡਾ ਪੰਜਾਬ ਦਾ ਬਣਿਆ ਹੋਇਆ ਉਹਨੂੰ ਕਹਾਂਗੇ ਤੂੰ ਲੋਕ ਸਭਾ ਦੇ ਵਿੱਚ ਜਾ ਕੇ ਬੋਲ। ਜੇ ਸਾਡੇ ਤੂੰ ਕਹਿਣਾ ਵੀ ਸਾਨੂੰ ਜੇ ਸਾਡੇ ਅਸੀਂ ਤੈਨੂੰ ਵੋਟ ਪਾਈਆ ਜੇ ਤੂੰ ਸਾਡੀ ਕਿਸਾਨੀ ਦਾ ਪੱਖ ਪੂਰਦਾ ਤਾਂ ਇਕੱਲਾ ਇਕੱਲਾ ਜ਼ਿਆਦਾ ਜਾ ਕੇ ਲੋਕ ਸਭਾ ਦੇ ਵਿੱਚ ਬੋਲੇ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਲੀਗਲ ਕਰੋ। ਉਹ ਹਾਈ ਕੋਰਟ ਨੂੰ ਜਦੋਂ ਉੱਥੇ ਜਾ ਕੇ ਬੋਲਿਆ ਉੱਥੇ ਬਿੱਲ ਪਾਸ ਕਰਾ ਜਾਊ ਹਾਈ ਕੋਰਟ ਦੇ ਵਿੱਚ ਸਿੱਧਾ ਹਾਈ ਕੋਰਟ ਨੂੰ ਕਹਿ ਜਾਊ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਲੀਗਲ ਕਰੋ। ਖੇਤੀ ਬਹੁਤ ਵੱਡੀ ਆ, ਇਹ ਤਾਂ ਨਹੀਂ ਖੇਤੀ, ਇਹ ਤਾਂ ਖੇਤੀ ਨਹੀਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣ ਦੇ ਰਹੇ ਕਿਉਂਕਿ ਜਿਹੜੇ ਸ਼ਰਾਬ ਦੀਆਂ ਫੈਕਟਰੀਆਂ ਸਭ ਤੋਂ ਵੱਡੀ ਆਮਦਨ ਸਰਕਾਰ ਨੂੰ ਇਸ ਟਾਈਮ ਸ਼ਰਾਬ ਤੋਂ ਆਮਦਨ ਹੈ, ਸ਼ਰਾਬ ਤੋਂ ਆਮਦਨ। ਕਿਉਂਕਿ ਜਿਹੜੀ ਜੇਕਰ ਇਹ ਕਿਸਾਨੀ ਵਾਲਿਆਂ ਨੇ ਧਿਆਨ ਦਿੱਤਾ ਕਿਸਾਨ ਸਾਡੇ ਅਮੀਰ ਹੋ ਜਾਣਗੇ ਤਾਂ ਸਾਡੇ ਲੀਡਰਾਂ ਦੇ ਮੂਹਰੇ ਹੱਥ ਬੰਨ ਕੇ ਕੌਣ ਖੜੂਗਾ? ਉਹਨਾਂ ਦੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ ਸ਼ਰਾਬ ਦੀਆਂ, ਉਹਨਾਂ ਸ਼ਰਾਬ ਦੀਆਂ ਫੈਕਟਰੀਆਂ ਤਬਾਹ ਹੋ ਜਾਣਗੀਆਂ। ਸਾਡੇ ਸੀਐਮ ਸਾਹਿਬ, ਸਾਡੇ ਮੁੱਖ ਮੰਤਰੀ ਸਾਹਿਬ ਇਹ ਆਪਦੇ ਲੀਡਰਾਂ ਲਈ ਅਤੇ ਆਪਦੀਆਂ ਫੈਕਟਰੀਆਂ ਲਈ ਸ਼ਰਾਬ ਦੀ ਮੰਗ ਕਰ ਰਹੇ ਨੇਗੇ। ਅੱਜ ਹਰ ਇੱਕ ਪਿੰਡ ਦੇ ਵਿੱਚ ਕਿਉਂ ਮੌਤਾਂ ਹੋ ਰਹੀਆਂ ਨੇ? ਘਰਾਂ ਦੇ ਘਰ ਉੱਜੜੀ ਜਾਂਦੇ ਨੇਗੇ ਸ਼ਰਾਬ ਦੇ ਨਾਲ। ਭੁੱਕੀ ਫੀਮ ਖਾਣ ਵਾਲਾ ਬੰਦਾ ਮੈਨੂੰ ਦਿਖਾਓ ਕਿੱਥੇ ਮਰਦਾ? ਸ਼ਰਾਬ ਅਲਕੋਹਲ ਸਾਡੇ ਹੱਡਾਂ ਨੂੰ ਖਾ ਗਿਆ। ਅਲਕੋਹਲ ਨਾਲ ਸਭ ਨੂੰ ਪਤਾ ਕਿ ਸ਼ਰਾਬ ਨਰਕਾਂ ਦੀ ਨਾਨੀ, ਸ਼ਰਾਬ ਨੂੰ ਕਿਹਾ ਜਾਂਦਾ ਵੀ ਨਰਕਾਂ ਦੀ ਨਾਨੀ, ਸਭ ਤੋਂ ਬੁਰਾ ਨਸ਼ਾ ਸ਼ਰਾਬ ਹੈ। ਕਿੰਨੇ ਐਕਸੀਡੈਂਟ ਸ਼ਰਾਬ ਪੀਣ ਕਰਕੇ ਹੁੰਦੇ ਨੇ, ਕਿੰਨੇ ਕੁਛ ਸ਼ਰਾਬ ਪੀਣ ਕਰਕੇ ਹੁੰਦੇ ਨੇ, ਕਿਉਂਕਿ ਜਿਹੜਾ ਨਸ਼ਾ ਪੀ ਕੇ ਬੰਦੇ ਨੂੰ ਹੋਸ਼ ਹੀ ਨਹੀਂ ਰਹਿੰਦੀ। ਲੜਾਈਆਂ ਸਭ ਤੋਂ ਵੱਧ ਲੜਾਈਆਂ ਜਿਹੜੀਆਂ ਹੁੰਦੀਆਂ ਨੇਗੀਆਂ ਸ਼ਰਾਬ ਪੀਣ ਕਰਕੇ ਲੜਾਈਆਂ ਹੁੰਦੀਆਂ ਨੇ। ਤੁਸੀਂ ਉਹ ਨਸ਼ੇ ਦੀ ਮੰਗ ਕਰ ਰਹੇ ਹੋ, ਅਸੀਂ ਤਾਂ ਮੰਗ ਕਰ ਰਹੇ ਕਿ ਪੰਜਾਬ ਦੇ ਵਿੱਚੋਂ ਠੇਕੇ ਸਾਰੇ ਬੰਦ ਹੋਣੇ ਚਾਹੀਦੇ ਨੇਗੇ, ਅਸੀਂ ਤਾਂ ਇਹਦੀ ਮੰਗ ਕਰ ਰਹੇ। ਤੁਸੀਂ ਸੰਕਾ ਸਮਾਰ ਕੇ ਮੰਗ ਕਰ ਰਹੇ ਹੋ। ਬੜੀ ਖੁਸ਼ੀ ਹੋਈ ਆ ਕਿ ਲੋਕਡਾਊਨ ਦੇ ਵਿੱਚ ਜਿਹੜੀ ਸ਼ਰਾਬ ਮਿਲ ਨਹੀਂ ਰਹੀ, ਬੜੀ ਖੁਸ਼ੀ ਹੋਈ ਆ ਘਰਾਂ ਦੇ ਵਿੱਚ ਸ਼ਾਂਤੀ ਦੇਖਣ ਨੂੰ ਮਿਲ ਰਹੀ ਆ। ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸ਼ਰਾਬ ਦੇ ਨਾਲ ਰੋਜ਼ ਹੱਥ ਨੇ ਲੜਾਈਆਂ ਹੁੰਦੀਆਂ ਨੇ। ਲੜਾਈਆਂ ਹੋ ਕੇ ਉਹ ਥਾਣਿਆਂ ਦੇ ਵਿੱਚ ਜਾਂਦੇ ਨੇ, ਥਾਣਿਆਂ ਦੇ ਵਿੱਚ 50,000-50,000 ਰੁਪਇਆ ਉਹ ਥਾਣਿਆਂ ਦੇ ਵਿੱਚ ਲਾ ਕੇ ਆਉਂਦੇ ਨੇਗੇ ਸ਼ਰਾਬ ਪੀਣ ਦੇ ਨਾਲ। ਹਰ ਇੱਕ ਥਾਂ ਡਾਂਗ ਖੜਕਦੀ ਹੈ ਕਿ ਇਹਦਾ ਸਿਰ ਪਾੜਤਾ, ਕਿ ਇਹਦਾ ਕੋਈ ਕਰਤਾ। ਹਸਪਤਾਲਾਂ ਦੇ ਵਿੱਚ 2-2-3-3 ਲੱਖ ਰੁਪਇਆ ਲੱਗਦਾ ਸ਼ਰਾਬ ਕਰਕੇ। ਇਹ ਨਸ਼ੇ ਨੂੰ ਬੰਦ ਕਰੋ। ਮੈਂ ਬਸ ਲਾਸਟ 'ਤੇ ਇੱਕੋ ਹੀ ਗੱਲ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ, ਜਿਹੜੇ ਕਿਸਾਨਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ, ਤੁਸੀਂ ਉਹਨਾਂ ਦੇ ਪੱਖ ਦੀ ਕਿਉਂ ਨਹੀਂ ਗੱਲ ਕਰੀ ਸੈਂਟਰ ਕੋਲੇ? ਜੇਕਰ ਤੁਸੀਂ ਮੰਗ ਕਰਨੀ ਸੀ ਤਾਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਕਿਉਂ ਨਹੀਂ ਮੰਗ ਕਰੀ? ਜਿਹੜੀ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚੋਂ, ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਪੈਦਾ ਹੁੰਦੀ ਹੈ, ਜਿਹੜੇ ਕਿ ਅਮੀਰ ਕਰਨ ਵਾਲਾ ਪੰਜਾਬ ਨੂੰ ਅਮੀਰ ਕਰਨ ਵਾਲੀ ਖੇਤੀ ਆ, 6 ਮਹੀਨੇ ਦੇ ਵਿੱਚ ਪੰਜਾਬ ਦਾ ਸਾਰਾ ਕਰਜ਼ਾ ਲੱਜੂਗਾ, ਤੁਸੀਂ ਉਹ ਜੀ ਕਿਉਂ ਨਹੀਂ ਮੰਗ ਕਰੀ? ਤੁਸੀਂ ਕਿਉਂ ਨਹੀਂ ਸੈਂਟਰ ਨੂੰ ਮੰਗ ਕਰ ਸਕਦੇ? ਜੇਕਰ ਤੁਸੀਂ ਸੈਂਟਰ ਸਰਕਾਰ ਨੂੰ ਕਹਿ ਦਿਓ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਲੀਗਲ ਹੋਣੀ ਚਾਹੀਦੀ, ਓਪਨ ਹੋਣੀ ਚਾਹੀਦੀ ਆ, ਜੇ ਤੁਸੀਂ ਕਹਿ ਦਿਓ ਤਾਂ ਸੈਂਟਰ ਦਾ ਕੀ, ਸੈਂਟਰ ਬੰਦ ਕਰ ਦਿਓ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ। ਪਰ ਤੁਸੀਂ ਕਹਿੰਦੇ ਹੀ ਨਹੀਂ ਗੇ, ਤੁਸੀਂ ਉਹੀ ਤੁਸੀਂ ਉਹਨਾਂ ਦੀਆਂ ਗੱਲਾਂ ਕਰਦੇ ਹੋ ਲੀਡਰਾਂ, ਜਿਹਨਾਂ ਸ਼ਰਾਬ ਦੇ ਫੈਕਟਰੀਆਂ ਤੁਸੀਂ ਉਹਨਾਂ ਦੀ ਪੱਖ ਦੀ ਗੱਲ ਕਰਦੇ ਹੋ, ਤੁਸੀਂ ਕਿਸਾਨਾਂ ਦੇ ਸਿਰ ਤੇ ਸੀਐਮ ਬਣੇ ਹੋ। ਦੂਜੀ ਮੈਂ ਹੋਰ ਗੱਲ ਕਹਿਣਾ ਚਾਹੁੰਦਾ, ਜੇਕਰ ਮੰਗਣਾ ਕਿਸੇ ਹੋਰ ਲੀਡਰ ਨੂੰ, ਕਹਿੰਦੇ ਵੀ ਤੂੰ ਅੱਜ ਤੋਂ ਕੀ ਮੰਗਣਾ ਚਾਹੁੰਦਾ ਕਿਸੇ ਨੇ ਹੋਰ ਲੀਡਰ ਨੂੰ, ਵੀ ਤੂੰ ਮੋਦੀ ਤੋਂ ਸੈਂਟਰ ਤੋਂ ਕੀ ਮੰਗਣਾ ਚਾਹੁੰਦਾ, ਉਹ ਪਤਾ ਕੀ ਕਹਿੰਦਾ? ਪੰਜਾਬ ਦੇ ਵਿੱਚ ਚਿੱਟਾ ਓਪਨ ਕਰ ਦਿਓ ਜੀ, ਪੰਜਾਬ ਦੇ ਵਿੱਚ ਅਸੀਂ ਚਿੱਟਾ ਵੇਚਣਾ ਚਾਹੁੰਦੇ ਹੋ। ਦੂਜੀਆਂ ਪਾਰਟੀਆਂ ਗੱਲ ਕਰਦੀਆਂ, ਅੱਛਾ ਤੁਸੀਂ ਹੁਣ ਸ਼ਰਾਬ ਦੀ ਕਿਉਂ ਮੰਗ ਰਹੇ? ਕੈਪਟਨ ਸਾਹਿਬ ਲੱਤ ਜਿੱਡਾ ਗਲਾਸ ਆ ਚਾਂਦੀ ਦਾ ਭਰ ਕੇ ਬਹਿ ਨੇ, ਤੁਸੀਂ ਤਾਂ ਆਪਦੇ ਕਰਕੇ ਮੰਗ ਕਰੀ ਹੈ। ਐਡਾ ਗਲਾਸ ਹੈ ਉਹ ਕਿਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸ਼ਰਾਬਾਂ ਨੇਗੀਆਂ ਜਿਹੜੇ ਤੁਸੀਂ ਪੀਂਦੇ ਹੋ। ਮੈਂ ਵਾਰ ਵਾਰ ਬਸ ਹੱਥ ਬੰਨ ਕੇ ਬੇਨਤੀ ਕਰਨਾ, ਜੇਕਰ ਤੁਸੀਂ ਮੰਗ ਕਰਨੀ ਹੈ ਤਾਂ ਸੈਂਟਰ ਤੋਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਮੰਗ ਕਰੋ, ਜਿਹੜਾ ਕਿ ਸਾਰਾ ਪੰਜਾਬ ਸਭ ਤੋਂ ਮਹਿੰਗੀ ਖੇਤੀ ਆ, ਪੰਜਾਬ ਦੇ ਵਿੱਚ ਬਦਲਾ ਆ ਸਕਦਾ ਹੈ। ਬਾਕੀ ਇਹਦੇ ਲਈ ਤੁਸੀਂ ਕਾਇਮ ਹੋ ਕੇ ਰਹੋ, ਇਹ ਆਪਾਂ ਖੇਤੀ ਪੰਜਾਬ ਦੇ ਵਿੱਚ ਇਹਨੂੰ ਤੁਹਾਨੂੰ ਦੱਸਣੀ ਆ ਵੀ ਕਿਹੜੇ ਢੰਗ ਨਾਲ, ਆ ਜੋ ਲੋਕਡਾਊਨ ਖੁੱਲਦਾ ਇਸ ਤੋਂ ਬਾਅਦ ਤੁਹਾਨੂੰ ਬੜਾ ਜਲਦੀ ਦੱਸ ਦਾਂਗੇ ਆਹ ਢੰਗ ਨੇਗੇ, ਸਾਰੇ ਕਾਨੂੰਨੀ ਢੰਗ ਤੇ ਸਾਰੀਆਂ ਕਾਰਵਾਈਆਂ ਦੱਸਾਂਗੇ। ਪੰਜਾਬ ਦੇ ਕਿਸਾਨ ਕਾਇਮ ਹੋ ਕੇ ਰਹੋ, ਤੁਹਾਡੇ ਸਿਰ ਤੇ ਸਰਕਾਰਾਂ ਚੱਲਦੀਆਂ ਨੇਗੀਆਂ।